ਨਾ ਬਾਰ ਬਹੁਤ ਭਾਰੀ ਤੈਨੂੰ ਪੈਣੀ ਮੇਰੀ ਬੇਇੱਜ਼ਤੀ ਜੋ ਕੀਤੀ ਤੈਨੂੰ ਉਦੋਂ ਪਤਾ ਲੱਗੂ ਜਦੋਂ ਤੇਰੀ ਹੀ ਮੈਂ ਗੱਡੀ ਤੇਰੇ ਉੱਤੇ ਚਾੜ ਦਿੱਤੀ ਯੋ ਯੋ ਮੈਨੂੰ ਵੀ ਇੱਕ ਪ੍ਰੋਫੈਸ਼ਨਲ ਰੈਪਰ ਬਣਨਾ ਚਾਹੀਦਾ। ਹੁਣ ਆਪਾਂ ਸਰਚ ਕਰ ਲੈਂਦੇ ਆਪਾਂ ਨੂੰ ਕੀ ਕੀ ਚਾਹੀਦਾ। ਇਹ ਤਾਂ ਬੜਾ ਮਹਿੰਗਾ। ਓਕੇ ਗੂਗਲ, ਆਪਾਂ ਨੂੰ ਕੋਈ ਸਸਤੀ ਚੀਜ਼ ਦਿਖਾਓ। ਕੋਈ ਮੇਲਾ ਮੂਲਾ ਨਹੀਂ ਲੱਗਦਾ ਗੂਗਲ 'ਤੇ, ਕੋਈ ਸਸਤੀ ਚੀਜ਼ ਮਿਲ ਜਾਵੇ। ਇੱਥੇ ਮਹਿੰਗਾ ਬਹੁਤ ਆ। ਯਾਰਾ ਕੀ ਕਹਿਣ ਦਿਆ? ਹਾਂ ਚਲੋ ਕੋਈ ਨਹੀਂ, ਆਪਾਂ ਤੁਹਾਡੇ ਤੋਂ ਹੀ ਖਰੀਦ ਲੈਂਦੇ ਹਾਂ। ਹੈਲੋ ਭਾਈ ਸਾਹਿਬ, ਤੁਹਾਡਾ ਪਾਰਸਲ। ਧੰਨਵਾਦ। ਪੈਸੇ? ਦੇਖੋ ਜੀ, ਪੈਸੇ ਹਜੇ ਨਹੀਂ ਚਾਹੀਦੇ, ਹਜੇ ਆਪਾਂ ਗਾਣਾ ਰਿਕਾਰਡ ਕਰਾਂਗੇ, ਫਿਰ ਚਾਹੀਦੇ ਆ, ਫਿਰ ਦੇ ਦਿਓ ਪੈਸੇ। ਭਾਈ ਸਾਹਿਬ ਫੜਿਓ ਮਾੜਾ ਜਿਹਾ। ਕੀ ਗੱਲ ਭਾਈ ਸਾਹਿਬ, ਕੋਈ ਪੈਸੇ ਦੀ ਪ੍ਰੋਬਲਮ ਹੈ? ਤੁਸੀਂ ਮੈਨੂੰ ਦੱਸ ਸਕਦੇ ਹੋ, ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਜੇ ਕੋਈ ਪ੍ਰੋਬਲਮ ਹੈ ਤਾਂ। ਉਹ ਆ ਸਮਾਨ ਦੇ ਪੈਸੇ ਜਿਹੜੇ ਮੈਂ ਕੰਪਨੀ ਨੂੰ ਦੇਣੇ ਆ। ਤੁਹਾਡੇ ਕੋਲ ਹੈਗੇ ਆ ਪੈਸੇ? ਹਾਂ, ਤੁਸੀਂ ਕੰਪਨੀ ਨੂੰ ਦੇ ਦਿਓ, ਨਾਲੇ ਤਾਂ ਕੰਪਨੀ ਦਾ ਫਾਇਦਾ, ਉਹਨੂੰ ਪੈਸੇ ਮਿਲ ਜਾਣਗੇ, ਨਾਲੇ ਮੇਰਾ ਫਾਇਦਾ, ਮੈਨੂੰ ਸਮਾਨ ਮਿਲ ਜੂਗਾ। ਉਹ ਤੂੰ ਪਾਗਲ ਹੈ? ਉਹ ਮੈਂ ਦੇਣ ਹੀ ਲੱਗਿਆ ਸੀ, ਦੇ ਦਿਓ, ਮੈਂ ਲੈ ਕੇ ਆਉਣਾ ਪੈਸੇ। A few minutes later. ਸਾਲਾ ਆਇਆ ਹੀ ਨਹੀਂ। ਡੈਡੀ ਜੀ, ਮੈਂ ਰੇਪਰ ਬਣਨਾ ਵਾਂ। ਬਣਦਾ ਰੇਪ? ਤੂੰ ਰੇਪ ਕਰੇਗਾ? ਮੈਨੂੰ ਇਹੀ ਕੰਮ ਨਹੀਂ ਮੈਂ ਵੱਡਾ ਕੀਤਾ, ਤੂੰ ਹੁਣ ਰੇਪ ਕਰੇਗਾ? ਉਹ ਡੈਡੀ ਜੀ, ਰੇਪ ਨਹੀਂ, ਰੈਪ, ਮੈਂ ਸਿੰਗਰ ਬਣਨਾ ਵਾਂ। ਬਣਦਾ? ਅੱਛਾ ਅੱਛਾ, ਬਣਦਾ ਫਿਰ ਮੈਂ ਕੀ ਕਰਾਂ? ਉਹ ਮੇਰਾ ਮਤਲਬ ਮੈਂ ਸਿੱਖਣ ਜਾਣਾ ਸੀਗਾ। ਜਾ ਬਣਾ, ਜਾ ਗੱਡੀ ਲੈ ਜਾ। ਨਹੀਂ ਆਪਾਂ ਮੋਟਰਸਾਈਕਲ ਲੈ ਜਾਂਦੇ ਹਾਂ, ਆਪਾਂ ਮੋਟਰਸਾਈਕਲ ਵੀ ਲੈ ਕੇ ਜਾ ਸਕਦੇ ਹਾਂ, ਕੋਈ ਚੱਕਰ। ਬਾਬੂ ਬਚ ਕੇ ਤੂੰ ਰਹੀ, ਘਰੋਂ ਨਿਕਲੀ ਨਾ ਬਾਹਰ, ਬਹੁਤ ਭਾਰੀ ਤੈਨੂੰ ਪੈਣੀ ਮੇਰੀ ਬੇਇੱਜ਼ਤੀ ਜੋ ਕੀਤੀ ਤੈਨੂੰ ਉਦੋਂ ਪਤਾ ਲੱਗੂ ਜਦੋਂ ਤੇਰੀ ਹੀ ਮੈਂ ਗੱਡੀ ਤੇਰੇ ਉੱਤੇ ਚਾੜ ਦਿੱਤੀ। ਯੋ ਯੋ ਮੈਨੂੰ ਇੰਨੀਆਂ ਨਿੱਛਾਂ ਕਾਹਤੋਂ ਆ ਰਹੀਆਂ ਨੇ, ਲੱਗਦਾ ਮੈਨੂੰ ਕੋਈ ਭਲਾ ਮਾਨਸ ਦਵਾਵਾਂ ਦੇ ਰਿਹਾ। ਉਹ ਯਾਰ ਕਿੰਨਾ ਵਧੀਆ ਸੌਂਗ ਲਿਖਿਆ ਮੈਂ, ਮੈਂ ਕਹਿੰਦਾ ਆਪਾਂ ਹੁਣ ਗਾਣਾ ਕੱਢ ਹੀ ਦਈਏ ਬਾਪੂ ਜੀ 'ਤੇ, ਬਲੈਸਿੰਗ ਆਫ ਬਾਪੂ ਜੀ, ਨਾਲੇ ਵਧੀਆ ਲੱਗੂਗਾ। ਉਹ ਇਹ ਤਾਂ ਮੈਂ ਡਿੱਗ ਗਿਆ। ਚਲੋ ਆਪਾਂ ਪਹਿਲਾਂ ਗੱਲ ਕਰ ਲੈਂਦੇ ਹਾਂ। ਬਾਈ ਜੀ, ਆਪਾਂ ਇੱਥੇ ਕੋਈ ਮਿਊਜ਼ਿਕ ਮਿਆ ਸੀ ਕਰਦਾ? ਮਿਊਜ਼ਿਕ ਦੇ ਬਾਰੇ ਤਾਂ ਇੱਦਾਂ ਪੁੱਛ ਰਿਹਾ ਮੈਂ, ਜਿਵੇਂ ਨਾੜ ਚੜ੍ਹਦੇ ਹਕੀਮ ਬਾਰੇ ਪੁੱਛਦੇ ਹੁੰਦੇ ਆ। ਮੇਰਾ ਮਤਲਬ ਫਿਰ ਵੀ ਕੋਈ ਜਾਣਦੇ ਹੁੰਦੇ ਆ, ਮੈਂ ਤਾਂ ਪੁੱਛ ਰਿਹਾ ਮੈਂ। ਹਾਂ, ਇੱਕ ਬੰਦਾ ਮੇਰੇ ਨਿਗਾਹ 'ਚ ਸੀਗਾ, ਉਹਦਾ ਨੰਬਰ ਲਿਖ ਲਿਆ ਲਿਖਣਾ ਤਾਂ। ਉਹ ਮੈਂ ਲਿਖਣ ਨਹੀਂ ਲੱਗਿਆ ਸੀ। ਹੈਲੋ, ਹਾਂਜੀ ਬਾਈ, ਆਪਾਂ ਮਿਊਜ਼ਿਕ ਕਰਦੇ ਹਾਂ। ਉਹ ਭਰਾਵਾ ਜਗਰਾਤੇ ਲਾਉਂਦੇ ਹਾਂ ਮਿਊਜ਼ਿਕ, ਮੈਂ ਤਾਂ ਨਹੀਂ ਪਤਾ, ਸਾਨੂੰ ਤਾੜੀਆਂ ਮਾਰਨ ਲਈ ਬੰਦਾ ਚਾਹੀਦਾ, ਜੇ ਆਉਣਾ ਤਾਂ ਦੱਸ। ਹਾਂ ਬਾ, ਨਹੀਂ ਨਹੀਂ ਤੁਸੀਂ ਮਾਰੋ ਤਾੜੀਆਂ, ਆਪਾਂ ਕਦੇ ਫੇਰ ਮਾਰ ਲਾਂਗੇ। ਚੱਲ ਠੀਕ ਆ ਠੀਕ ਆ। ਹਾਂ ਮੈਂ ਹੁਣ ਫੋਨ ਕੱਢਦਾ। ਉਹ ਕੱਟੇਗਾ ਜੀ? ਉਹ ਮੈਂ ਕੱਟਣ ਹੀ ਲੱਗਿਆ। ਉਹ ਆਹੋ ਠੀਕ ਆ, ਚੱਲ ਚਲੋ ਠੀਕ ਆ ਜੀ। ਰਾਮਨਗਰ ਚਲੇ ਜਾਓ, ਉੱਥੇ ਬੰਦਾ ਹੈਗਾ। ਅੱਛਾ, ਉੱਧਰਲੇ ਪਾਸੇ? ਹਾਂ ਹਾਂ ਠੀਕ ਆ ਜੀ, ਠੀਕ ਆ, ਮੈਂ ਉੱਥੇ ਚਲੇ ਜਾਂਦਾ। ਜਾ, ਉਹ ਮੈਂ ਜਾਣ ਹੀ ਲੱਗਿਆ ਸੀ। ਉਹ ਕੱਟ ਯਾਰ, ਇਹ ਤਾਂ ਡਿੱਗਿਆ ਪਿਆ ਵਾ। ਚਲੋ ਆਪਾਂ ਚੱਕ ਲੈਂਦੇ ਹਾਂ।
ਕਿਵੇਂ ਲੱਗ ਰਹੀ ਹੈ ਵੀਡੀਓ ਜ਼ਰੂਰ ਦੱਸੋ ਕਮੈਂਟ ਕਰਕੇ। ਅਤੇ ਅੱਗੇ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਕਮਾਲ ਦੀ ਐਪਲੀਕੇਸ਼ਨ ਦੇ ਬਾਰੇ ਜਿਹਨਾਂ ਤੁਸੀਂ ਐਕਸਟਰਾ ਇਨਕਮ ਕਰ ਸਕਦੇ ਹੋ। ਕਿਵੇਂ ਤੁਹਾਨੂੰ ਆਪਣੀ ਫੋਨ ਦੀ ਸਕਰੀਨ 'ਚ ਜਾ ਕੇ ਦੱਸਦਾ। ਇਹ ਆ ਉਹ ਐਪਲੀਕੇਸ਼ਨ, ਤੁਸੀਂ ਰੀਅਲ ਅਕਾਊਂਟ ਵਿੱਚ ਪੈਸੇ ਕਿਵੇਂ ਡਿਪੋਜ਼ਿਟ ਕਰਾਉਣੇ ਆ, ਆਹ ਦੇਖੋ ਮੇਕ ਡਿਪੋਜ਼ਿਟ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਤਰੀਕੇ ਨਾਲ ਪੈਸੇ ਡਿਪੋਜ਼ਿਟ ਕਰਵਾ ਸਕਦੇ ਹੋ। ਜਦੋਂ ਤੁਸੀਂ ਇੱਥੇ ਬਾਹਰ ਦੇਖ ਸਕਦੇ ਹੋ, ਤੁਸੀਂ ਇਹ ਅਪਡੇਟ ਕਰਨਾ ਕਿ ਆਉਣ ਵਾਲੇ ਟਾਈਮ ਵਿੱਚ ਅੱਪ ਜਾਊਗਾ ਜਾਂ ਫਿਰ ਡਾਊਨ ਜਾਊਗਾ। ਮੈਂ ਦੇਖਦਾ ਕਿ ਇਹ ਆਉਣ ਵਾਲੇ ਟਾਈਮ 'ਚ ਅੱਪ ਜਾਊਗਾ, ਜਾਂ ਹੁਣ ਆਪਾਂ ਇੱਥੇ ਵੇਟ ਕਰਨੀ ਆ। ਗਾਈ ਤੁਸੀਂ ਦੇਖ ਸਕਦੇ ਹੋ ਮੇਰੀ ਪ੍ਰੈਡਿਕਸ਼ਨ ਸਹੀ ਨਿਕਲੀ ਤਾਂ ਮੈਨੂੰ ਇੱਥੇ ਇਨਕਮ ਹੋ ਚੁੱਕੀ ਆ। ਤੁਸੀਂ ਵੀ ਇਸ ਤਰੀਕੇ ਨਾਲ ਇਨਕਮ ਇਹਦੇ ਵਿੱਚ ਕਰ ਸਕਦੇ ਹੋ। ਤੁਸੀਂ ਚਾਰਟ ਟਾਈਪ ਵੀ ਚੇਂਜ ਕਰ ਸਕਦੇ ਹੋ, ਤੁਹਾਨੂੰ ਬੋਨਸ ਵੀ ਮਿਲ ਜਾਣਗੇ, ਤੁਸੀਂ ਕਦੇ ਵੀ ਇਹਨਾਂ ਨਾਲ ਗੱਲ ਕਰ ਸਕਦੇ ਹੋ ਕਿਸੇ ਵੀ ਰਿਲੇਟਡ। ਗਾਈਜ਼ ਇਸ ਐਪਲੀਕੇਸ਼ਨ ਨੂੰ ਜਾ ਕੇ ਡਾਊਨਲੋਡ ਕਰੋ, ਲਿੰਕ ਇਨ ਡਿਸਕ੍ਰਿਪਸ਼ਨ ਬਾਕਸ। ਜੇ ਤੁਸੀਂ ਮੇਰੇ ਲਿੰਕ ਤੋਂ ਜਾ ਕੇ ਡਾਊਨਲੋਡ ਕਰੋਗੇ ਤੁਹਾਨੂੰ ਮਿਲ ਜਾਣਗੇ $1000 ਤੁਹਾਡੇ ਡੇਮੋ ਅਕਾਊਂਟ ਦੇ ਵਿੱਚ, ਜਿਹਨੇ ਤੁਸੀਂ ਟ੍ਰੇਡਿੰਗ ਕਰਕੇ ਸਿੱਖ ਸਕਦੇ ਹੋ ਕਿਵੇਂ ਕਿਵੇਂ ਟ੍ਰੇਡਿੰਗ ਹੁੰਦੀ ਆ। ਤਾਂ ਗਾਈਜ਼ ਹੁਣੇ ਜਾ ਕੇ ਡਾਊਨਲੋਡ ਕਰੋ, ਲਿੰਕ ਇਨ ਡਿਸਕ੍ਰਿਪਸ਼ਨ ਬਾਕਸ। ਚਲੋ ਹੁਣ ਆਪਾਂ ਵੀਡੀਓ ਦੀ ਹੋਰ ਵੱਧਦੇ ਹਾਂ। ਇੱਥੇ ਵੀ ਆ ਗਿਆ ਭਾਈ ਸਾਹਿਬ, ਤੁਸੀਂ ਤਾਂ ਉਹੀ ਹੋ ਜਿਹੜੇ ਮੈਨੂੰ ਉਦੋਂ ਪਾਰਸਲ ਦੇ ਕੇ ਗਏ ਸੀ। ਹਾਂ ਮੈਂ ਉਹੀ ਹਾਂ, ਤੂੰ ਉਦੋਂ ਬਾਹਰ ਨਹੀਂ ਆਇਆ। ਉਹ ਮੈਂ ਆਉਣ ਹੀ ਲੱਗਾ, ਮੈਂ ਜਾ ਕੇ ਦੇਖਿਆ ਤੁਸੀਂ ਹੈ ਹੀ ਨਹੀਂ ਸੀ। ਮੈਂ ਉੱਥੇ ਘੰਟਾ ਖੜਾ ਰਿਹਾ। ਤੁਸੀਂ ਉੱਥੇ ਕਾਹਤੋਂ ਖੜੇ ਰਹੇ, ਤੁਸੀਂ ਇੱਥੇ ਖੜ ਜਾਂਦੇ, ਮਜ਼ਾਕ ਕਰ ਰਹੇ ਹਾਂ। ਚੱਲ ਨਿਕਲ ਇੱਥੋਂ, ਹੁਣ ਤਾਂ ਆਪਣੀ ਰਿਸ਼ਤੇਦਾਰੀ ਨਿਕਲੇ ਹੀ ਆ। ਰਿਸ਼ਤੇਦਾਰੀ ਕਿੱਧਰੋਂ? ਚਲੋ ਆਪਾਂ ਫਿਰ ਯਾਰ ਮੰਨ ਲੈਂਦੇ ਹਾਂ, ਉਹ ਮੈਂ ਵੈਸੇ ਵੀ ਮੰਨਣਾ ਨਹੀਂ ਲੱਗਿਆ ਸੀ। ਅਤੇ ਪਰ ਤੁਸੀਂ ਕੰਮ ਕਾਹਤੋਂ ਛੱਡਤਾ ਉਹ ਵਾਲਾ? ਤੁਹਾਡੇ ਅੱਗੇ ਭੂਤ ਪ੍ਰੇਤ ਟੱਕਰ ਜਾਂਦੇ ਆ, ਹੋਰ ਕੀ। ਉਹਨੂੰ ਕਿੱਦਾਂ ਪਤਾ ਮੇਰਾ ਨਾਮ ਪ੍ਰੇਤ ਆ? ਮਾਈ ਸਾਹਿਬ ਪ੍ਰੇਤ ਸਿੰਘ। ਚੱਲ ਨਿਕਲ ਇੱਥੋਂ। ਮਾਈ ਸਾਹਿਬ ਇੱਥੇ ਮਿਊਜ਼ਿਕ ਕਿੱਥੇ ਕਰਦੇ ਆ? ਆਪਣੀ ਕਰਦੇ ਆ। ਚਲੋ ਫਿਰ ਆਪਾਂ ਤੁਹਾਡੇ ਤੋਂ ਕਰਾ ਲੈਂਦੇ ਹਾਂ। ਚੱਲ ਆ ਅੰਦਰ। ਚਲੋ ਆ, ਕੀ ਹਾਲ ਨੇ ਭਾਈ ਸਾਹਿਬ? ਕੋਈ ਮੈਨੂੰ ਦੱਸ ਸਕਦਾ ਇਹ ਜੱਬਲ ਜਾ ਕੌਣ? ਇਹ ਆਪਣੀ ਮਿਊਜ਼ਿਕ ਡਾਇਰੈਕਟਰ ਸਾਹਿਬ ਨੇ। ਮੈਨੂੰ ਲੱਗ ਹੀ ਰਿਹਾ ਸੀ, ਮੈਂ ਕਹਿ ਨਹੀਂ ਲੱਗਾ ਸੀ। ਡਾਇਰੈਕਟਰ ਸਾਹਿਬ ਆਪਾਂ ਪੂਰਾ ਪ੍ਰੋਫੈਸ਼ਨਲ ਰੈਪ ਕਰਨਾ। ਬ੍ਰੋ ਤੁਸੀਂ ਕੀ ਜਾਣਦੇ ਹੋ ਮਿਊਜ਼ਿਕ ਬਾਰੇ? ਹਾਂਜੀ ਮੈਨੂੰ ਪਤਾ, ਦੇਖੋ ਗਨ ਰਨ ਸਹੇਲੀਆਂ ਮਸ਼ੂਕਾਂ ਚੈਨੀਆਂ ਯੋ 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 ਆਏ ਇਹਨਾਂ ਰੈਪ ਬਣ ਜਾਂਦਾ, ਪਰ ਆਪਾਂ ਪੂਰਾ ਪ੍ਰੋਫੈਸ਼ਨਲ ਰੈਪ ਕਰਨਾ। ਜਿੱਦਾਂ ਕਿ ਤੁਹਾਡੇ ਕੋਲ ਕੋਈ ਲੀਰਿਕਸ ਹੈਗੇ ਨੇ? ਮਤਲਬ ਲੀਰ ਆਪਾਂ ਨੂੰ ਲੀਰਾਂ ਦੀ ਕੀ ਲੋੜ ਆ ਜੀ, ਮੈਂ ਤਾਂ ਮੰਨਦਾ ਹੀ ਲੀਰ ਆ। ਸਰ ਦਾ ਮਤਲਬ ਤੁਸੀਂ ਕੁਛ ਲਿਖਿਆ? ਹਾਂਜੀ ਮੈਂ ਗਾਣਾ ਲਿਖਿਆ ਹੋਇਆ ਜੀ। ਓਕੇ ਲੈਟ ਮੀ ਸ਼ੋ। ਕੋਈ ਰੈਪ ਲਿਖਿਆ ਤਾਂ ਉਹ ਦਿਖਾ। ਉਹ ਹਾਂ ਸੱਚ, ਮੈਂ ਰੈਪ ਵੀ ਲਿਖਿਆ ਹੋਇਆ, ਆਪਾਂ ਉਹ ਸੁਣਾ ਦਿੰਦੇ ਹਾਂ। ਉਹ ਵੈਸੇ ਵੀ ਮੈਂ ਸੁਣਾਉਣ ਹੀ ਲੱਗਾ ਸੀ। ਬਰੋ ਆਵਾਜ਼ ਸੁਣ ਕੇ ਕੰਨਾਂ ਦਾ ਤਾਂ ਬੁਰਾ ਹਾਲ ਹੋ ਸਕਦਾ, ਬਟ ਪੈਰਾਂ ਦਾ ਕਿਉਂ? ਦੇਖੋ ਜੀ ਕੰਨਾਂ ਨਾਲ ਤਾਂ ਸਾਰੇ ਹੀ ਸੁਣ ਲੈਂਦੇ ਆ, ਪਰ ਪੈਰਾਂ ਨਾਲ ਸੁਣਦੇ ਆ, ਨਾਲੇ ਕੁਛ ਪ੍ਰੋਫੈਸ਼ਨਲ ਹੋ ਜਾਊਗਾ। ਗਾਰੇ ਵਿੱਚ ਤੇਰੀ ਨਿੱਤ ਦੇਖਾਂ ਤਸਵੀਰ, ਤੂੰ ਗਾਰੇ 'ਚੋਂ ਕਿਵੇਂ ਤਸਵੀਰ ਦੇਖ ਸਕਦਾ? ਦੇਖੋ ਜੀ ਸਾਡੇ ਘਰ ਦੇ ਨਾਲ ਛੱਪੜ ਆ, ਉਹਦੇ ਵਿੱਚ ਗਾਰਾ ਵਾ, ਤਾਂ ਮੈਂ ਫਿਰ ਗਾਰੇ ਦੀਆਂ ਗੱਲਾਂ ਹੀ ਕਰੂੰਗਾ ਨਾ, ਤੁਸੀਂ ਵੀ ਫਿਰ ਕੋਮਨ ਸੈਂਸ ਗੱਲਾਂ ਕਰਦੇ ਆ। ਅੱਜ ਤੋਂ ਤੂੰ ਰਾਂਝਾ ਮੇਰੀ, ਮੈਂ ਤੇਰਾ ਹੀਰ। ਪਰ ਬ੍ਰੋ ਤੂੰ ਹੀਰ ਕਿਵੇਂ ਹੋ ਸਕਦਾ, ਉਹਦੀ ਤੂੰ ਤਾਂ ਰਾਂਝਾ ਆ। ਤੁਸੀਂ ਕਮੀਆਂ ਹੀ ਦੇਖੀ ਜਾਏ, ਖੂਬੀਆਂ ਨਾ ਦੇਖੋ ਬੰਦੇ 'ਚ। ਹੀਰਾ ਹੀ ਹੀਰੇ ਦੀ ਪਛਾਣ ਕਰ ਸਕਦਾ, ਮਤਲਬ ਮੈਂ ਹੀ ਆਪਦੇ ਆਪ ਨੂੰ ਪਛਾਣ ਸਕਦਾ। ਚੁੱਪ ਚਾਪ ਮੈਨੂੰ ਹੁਣ ਹਾਂ ਕਰ ਦੇ, ਨਹੀਂ ਤਾਂ ਤੂੰ ਮੇਰੀ ਭੈਣ ਤੇ ਮੈਂ ਤੇਰਾ ਵੀਰ। ਬ੍ਰੋ ਭੈਣ ਕਿੱਥੋਂ ਆ ਗਈ, ਮਸ਼ੂ ਕੇ ਆਓ। ਉਹ ਆਹ ਲੈਣ ਮੈਂ ਕੱਟਾ ਨਹੀਂ ਲੱਗਾ ਸੀ, ਉਹ ਰਾਈਮਿੰਗ ਬਣ ਰਹੀ ਸੀ ਤੇ ਮੈਂ ਤਾਂ ਲਿਖਤੀ ਸੀ। ਆਪਾਂ ਹੁਣੇ ਕੱਢ ਦਿੰਦੇ। ਜ
ਜਾਕੇ ਸ਼ਿਮਲੇ ਮੈਂ ਬੁਰਜ ਖਲੀਫਾ ਦੇਖਣਾ ਫਿਰਾਂ ਲੋਕ ਐਂਡ ਸ਼ਿਮਲੇ ਚ ਬੁਰਜ ਖਲੀਫਾ ਕਿੱਥੋਂ ਆ ਗਿਆ ਦੁਬਈ ਚ ਆਓ ਮੈਂ ਤਾਂ ਦੇਖਣਾ ਵਾਂ ਤੂੰ ਕਿਉਂ ਮੱਚ ਰਿਹਾ ਵਾਂ ਮੇਰੇ ਸੁਪਨਿਆਂ ਤੋਂ ਜੇ ਤੈਨੂੰ ਨਹੀਂ ਪਸੰਦ ਸ਼ਿਮਲੇ ਚ ਬੁਰਜ ਖਲੀਫਾ ਆਪਾਂ ਦੁਬਈ ਲੈ ਜਾਂਦੇ ਹਾਂ ਪੌਥੀ ਲੈ ਜਾਂਦੇ ਹਾਂ ਫਿਰਾਂ ਲੋਕ ਤਾਂ ਮੈਂ ਵੈਰੀਆਂ ਨੇ ਮੈਨੂੰ ਸਿੱਕਣਾ ਬ੍ਰੋ ਬਟ ਵੈਰੀਆਂ ਨੇ ਤੈਨੂੰ ਕਿਉਂ ਸਿੱਕਣਾ ਯਾਰ ਨੌਨਸੈਂਸ ਨਾਮ ਦੀ ਚੀਜ਼ ਹੁੰਦੀ ਆ ਦੁਨੀਆਂ 'ਤੇ ਲੋਕ ਸਮਝ ਜਾਣਗੇ ਕਿ ਉਹਨਾਂ ਨੂੰ ਪਹਿਲਾਂ ਮੈਂ ਸੇਕ ਚੁੱਕਿਆ ਤਾਂ ਕਰਕੇ ਉਹਨਾਂ ਨੇ ਹੁਣ ਮੈਨੂੰ ਸੇਕਣਾ ਵਾ ਸਮਝ ਆਉਣਾ ਯਾਰ ਇਹ ਗੱਲਾਂ ਗੁੰਦੀਆਂ ਹੋਈਆਂ ਨੇ ਗੀਤਾਂ ਵਿੱਚ ਤੁਹਾਨੂੰ ਸਮਝ ਨਹੀਂ ਆਉਣੀਆਂ ਇਹ ਪ੍ਰੋਫੈਸ਼ਨਲ ਨੇ ਗੰਨਿਆਂ ਦੇ ਜੂਸ ਵਿੱਚ ਪੀਵਾਂ ਮਿੱਠਾ ਪਾ ਕੇ ਲਿਆਂਦੀ ਆਂਡਿਆਂ ਦੀ ਟਰੇ ਗਾਨੀ ਟੁੱਟ ਗਈ ਵਿਚਾਰੀਆ ਯਾਰ ਤੇਰਾ ਲਿਖਾਰੀਆ ਆਂਡਿਆਂ ਦੀ ਟਰੇ ਵਿੱਚ ਗਾਨੀ ਕਿਵੇਂ ਟੁੱਟ ਗਈ ਬ੍ਰੋ ਯਾਰ ਤੂੰ ਮੈਨੂੰ ਕਿਉਂ ਨਿੰਦ ਰਿਹਾ ਵਾਂ ਮੈਂ ਤੈਨੂੰ ਨਿੰਦਿਆ ਮੈਂ ਪ੍ਰੋਫੈਸ਼ਨਲ ਗਾਣਾ ਕਰ ਰਿਹਾ ਵਾਂ ਤੂੰ ਕਹਿ ਰਿਹਾ ਚਲੋ ਆਪਾਂ ਕਰਦੇ ਹਾਂ ਤੂੰ ਮੈਨੂੰ ਨਿੰਦੀ ਜਾਂਦਾ ਵਾਂ ਮੈਂ ਤੈਨੂੰ ਹੁਣ ਨਿੰਦਿਆ ਨਹੀਂ ਤੂੰ ਵੀ ਨਹੀਂ ਮੈਨੂੰ ਨਿੰਦਣਾ ਗਾ ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਸੁਣਾ ਯਾਰ ਯਾਰ ਤੇਰਾ ਲਿਖਾਰੀਆ ਜਿਹੜਾ ਅੜੇ ਆਉਂਦੇ ਉੱਤੇ ਦਵਾਂ ਕਰ ਉਲਟੀ ਮੈਂ ਸ਼ਹਿ ਬੜੀ ਹੀ ਮਾੜੀ ਆ ਯਾਰ ਤੇਰਾ ਵੇਲੀ ਪਰ ਗੁੰਡਾ ਤੇ ਨਹੀਂ ਨਾਰਾ ਗਾਉਂਦਾ ਦੇਖ ਕਹਿਣ ਚੁੱਪ ਹੁੰਦਾ ਕਿ ਨਹੀਂ ਗਾਉਂਦਾ ਘੱਟ ਆ ਤੂੰ ਮੂੰਹ ਚੋਂ ਜ਼ਿਆਦਾ ਥੁੱਕ ਸਿੱਟਦਾ ਪਰ ਮੁੰਡਾ ਪ੍ਰੋਫੈਸ਼ਨਲ ਰੈਪ ਲਿਖਦਾ ਗੱਡੀ ਵਿੱਚ ਯਾਰ ਮੈਂ ਡਿੱਗੀ ਵਿੱਚ ਬੈਰੀਆਂ ਦੇ ਉਹ ਤੂੰ ਡਿੱਗੀ ਵਿੱਚ ਕੀ ਕਰਦਾ ਤੁਸੀਂ ਇਹ ਦੇਖੋ ਕਿ ਉਹ ਯਾਰਾਂ ਨੂੰ ਆਪਦਾ ਪਿਆਰ ਦਿਖਾ ਰਿਹਾ ਵਾ ਦੇਖੋ ਗੱਡੀ 'ਚ ਜਗ੍ਹਾ ਘੱਟ ਸੀਗੀ ਉਹ ਜਾ ਕੇ ਡਿੱਗੀ 'ਚ ਬਹਿ ਗਿਆ ਉਹ ਮਾੜਾ ਕੀਤਾ ਉਹਨੇ ਤੁਹਾਡੇ ਪਿਓ ਦਾ ਕੁਛ ਗਿਆ ਨਹੀਂ ਨਾ ਚਲੋ ਫਿਰ ਆਪਾਂ ਸਟਾਰਟ ਕਰਦੇ ਹਾਂ ਬੈਰੀਆਂ ਦੇ ਸੈੱਟ ਦਾਇਆਂ ਗਿੱਜੀ ਵਿੱਚ ਤੇਰਾ ਕੱਲਾ ਕੱਲਾ ਸ਼ੌਂਕ ਦੇਖੀ ਪੂਰਾ ਕਰ ਤੂੰ ਮੈਂ ਮਰਦਾ ਵਾਂ ਭੁੱਖਾ ਮੇਰੇ ਯਾਰ ਵਿੱਚ ਮੰਗ ਡੈਡੀ ਕੋਲ ਪੈਸੇ ਪੀਵਾਂ ਵੀਆਂ ਦੀ ਸਟਿੰਗ ਤੂੰ ਆਪੇ ਸਾਹਬ ਲਾ ਲਾ ਤੈਨੂੰ ਲੈ ਦੂੰ ਕਿੱਥੋਂ ਰਿੰਗ ਫੇਸ ਮੇਰਾ ਦੇਖ ਮੂੰਹ ਚੋਂ ਗਾਲ ਨਿਕਲੇ ਨੁੱਚਿਆਂ ਦਾ ਸ਼ਹਿਰ ਵਿੱਚ ਵੱਜੇ ਜੱਟ ਕਿੰਗ ਕੀ ਹੀ ਬੋਲਾਂ ਮੈਂ ਅੱਗੇ ਨਾ ਸੁਣੀ ਦੇਖੋ ਜੀ ਲੁੱਚਿਆਂ ਮਨ 'ਚ ਵੀ ਇੱਕ ਸਟਰਗਲ ਹੈ ਆਪਾਂ ਸਟਰਗਲ ਦਿਖਾ ਰਹੇ ਹਾਂ ਬੰਦੇ ਦੀ ਚਲੋ ਆਪਾਂ ਸੁੱਚਾ ਕਰ ਦਿੰਦੇ ਹਾਂ ਤੁਹਾਨੂੰ ਨਹੀਂ ਸਹੀ ਲੱਗਦਾ ਤਾਂ ਆਪਾਂ ਸੁੱਚਾ ਕਰ ਦਿੰਦੇ ਹਾਂ ਤੁਸੀਂ ਸਟਾਰਟ ਕਰੋ ਦਿਲ ਕਰੇ ਰਾਤੀ ਧੁੱਪੇ ਬੈਠਾ ਤੇਰੇ ਨਾਲ ਦਿਨ ਵਿੱਚ ਤਾਰੇ ਬੜੇ ਲੱਗਦੇ ਕਮਾਲ ਦੁੱਧ ਵਿੱਚ ਖੰਡ ਪਾ ਕੇ ਪੀਵਾਂ ਨਿੰਬੂ ਪਾਣੀ ਮੇਰੀ ਕਿਸਮਤ ਬਾਲੀ ਚੰਗੀ ਬਾਕੀਆਂ ਦੀ ਮਾੜੀ ਆ ਬ్రో ਦੁੱਧ 'ਚ ਖੰਡ ਪਾ ਕੇ ਦੁੱਧ ਹੀ ਪੀਊਗਾ ਨਾ ਨਿੰਬੂ ਪਾਣੀ ਕਿਉਂ ਪੀਊਗਾ ਯਾਰ ਤੁਸੀਂ ਨਹੀਂ ਸਮਝ ਸਕਦੇ ਲਿਖਾਰੀ ਦੀ ਉਹ ਫੀਲਿੰਗ ਨੂੰ ਜਦੋਂ ਉਹਦੀ ਲਿਖਤ ਨੂੰ ਮਾੜਾ ਕਿਹਾ ਜਾਵੇ ਉਹ ਵੀ ਉਹਦੀ ਹੀਰੇ ਵਰਗੀ ਲਿਖਤ ਨੂੰ ਮੈਨੂੰ ਨਹੀਂ ਪਤਾ ਹੁਣ ਅੱਗੇ ਸੁਣੋ ਯਾਰ ਤੇਰਾ ਸ਼ਿਕਾਰੀਆ ਯਾਰ ਤੇਰਾ ਲਿਖਾਰੀਆ ਸੜਕਾਂ ਤੇ ਗਾਉਂਦਾ ਯਾਰ ਤੇਰਾ ਬਣਦੀ ਮੋਟੀ ਦਿਹਾੜੀਆ ਉਹ ਫਿਰ ਤਾਂ ਤੂੰ ਲਿਖਾਰੀ ਨਹੀਂ ਭਿਖਾਰੀ ਹੋਇਆ ਓਏ ਕੱਢੋ ਇਹਨੂੰ ਆ ਮੈਂ ਜਾਣ ਹੀ ਲੱਗਿਆ ਸੀ ਉਹ ਤੁਸੀਂ ਮੈਨੂੰ ਮਾਫ ਕਰ ਦਿਓ ਤੁਸੀਂ ਮੈਨੂੰ ਮਾਫ ਕਿਉਂ ਨਹੀਂ ਕਰ ਰਹੇ ਉਹ ਮੈਂ ਜਾਣ ਹੀ ਲੱਗਾ ਸੀ ਤਾਂ ਕਿੱਦਾਂ ਲੱਗੀ ਵੀਡੀਓ ਜ਼ਰੂਰ ਦੱਸੋ ਕਮੈਂਟ ਕਰਕੇ ਯਾਰ ਮਤਲਬ ਸਿਰਫ ਇੱਕ ਲਾਈਕ ਕਰ ਦਿਓ ਯਾਰ ਹੈ ਨਾ ਲਾਈਕ ਕਰਨ ਨਾਲ ਕੀ ਹੁੰਦਾ ਯਾਰ ਬਹੁਤ ਉਹਨਾਂ ਦੀ ਸਕ੍ਰਿਪਟਿੰਗ ਐਡੀਟਿੰਗ ਅਤੇ ਮਿਹਨਤ ਲੱਗੀ ਹੁੰਦੀ ਹੈ ਕਰੈਕਟਰ ਨੂੰ ਲਿਖਣ ਲਈ ਤਾਂ ਯਾਰ ਤੁਹਾਡੇ ਸਾਹਮਣੇ ਪਲੇ ਵੀ ਕੀਤਾ ਤਾਂ ਸਿਰਫ ਇੱਕ ਲਾਈਕ ਕਰ ਦਿਓ ਹੋਰ ਕੁਛ ਨਹੀਂ ਚਾਹੀਦਾ ਬਾਕੀ ਇੱਕ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦਬਾ ਲਓ ਇਸ ਤਰ੍ਹਾਂ ਦਾ ਹੋਰ ਕੰਟੈਂਟ ਦੇਖਣ ਲਈ ਆਪਾਂ ਹੋਰ ਵੀਡੀਓਸ ਲੈ ਕੇ ਆਉਂਦੇ ਰਹਿੰਦੇ ਹਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਬਾਕੀ ਆਪਣਾ ਫੇਵਰੇਟ ਪਾਰਟ ਕਮੈਂਟ ਕਰਿਓ ਤਾਂ ਥੈਂਕ ਯੂ ਸੋ ਮਚ ਫੋਰ ਵਾਚਿੰਗ ਅਵਰ ਦਿਸ ਵੀਡੀਓ ਥੈਂਕ ਯੂ